न्यूज़ देख रहे तमाम दर्शकों का मैं चरणजीत कौर हार्दिक स्वागत करनी हाँ। फिलौर में आए दिन चोरी और लुट्टां खोहां दीआं वारदातां विच दिनों दिन वाधा हो रहा है जो कि रुकन का नाम नहीं लै रहा। इहो जिहा मामला अज फिलौर के नज़दीक पैंदे मुहल्ला रविदासपुरा नूर महल रोड से देखने को मिलिया जिथे एक घर नूं चोरां वल्लों निशाना बनाया गया। इस मौके पत्रकारां नूं जानकारी दिंदे हुए कौंसलर जशपाल गिंडा ने दस्सिया कि उन्हां दे मुहल्ले विच एक माड़े नाम दा व्यक्ति जिसने अपना मकान जसविंदर नाम दे व्यक्ति नूं किराए ते दित्ता है ते उसदे घर विचों 3 तोले सोने दीआं बालियां लै के चोर रफू चक्कर हो गए। यह भी 5वीं वारदात है जिसनूं चोरां ने अंजाम दित्ता है। इस मौके उन्होंने दस्सिया कि चोर उन्हां दे 3 तोले सोने दीआं बालियां लै के रफू चक्कर हो गए जिन्हां दी अज बाज़ार विच लगभग 1.5 लाख तो उपर की कीमत दसी जा रही है। उत्थे ही नगर कौंसल दे कौंसल जशपाल गिंडा ने दस्सिया है कि नगर कौंसलर वल्लों पिछले दिनों विच 25 लाख दे CCTV कैमरे रोड उत्ते लगाए गए हैं पर फिर भी पुलिस वल्लों चोरां नूं फड़न विच नाकामी मिल रही है। उन्होंने दस्सिया कि इसकी सूचना थाना फिलौर विखे दे दित्ती गई है। हाँ जी सर, अज महल्ले दे विच इक वार फिर चोरी हुई है, की सारा मामला? ਅਸੀਂ ਬਾਰ ਬਾਰ ਪ੍ਰਸ਼ਾਸਨ ਨੂੰ ਕਹਿ ਰਹੇ ਹਾਂ ਜਿਹੜੇ ਲੋਕ ਨਸ਼ੇ ਕਰਦੇ ਆ, ਨਸ਼ਿਆਂ ਦੀ ਪੂਰਤੀ ਲਈ ਲੋਕਾਂ ਦੇ ਘਰਾਂ ਨੂੰ ਲੁੱਟਦੇ ਆ, ਲੋਕਾਂ ਦੇ ਘਰਾਂ 'ਚੋਂ ਸੋਨਾ ਔਰ ਹੋਰ ਵੀ ਜੋ ਉਹਨਾਂ ਦੇ ਸਮਾਨ ਹੱਥ ਲੱਗਦਾ ਆਪਣਾ ਮਤਲਬ ਹੱਲ ਕਰਕੇ ਉਹ ਚੋਰੀ ਕਰਕੇ ਚਲੇ ਜਾਂਦੇ ਆ। ਹੁਣ ਵੀ ਮੈਂ ਨੂਰ ਮਹਿਲ ਰੋਡ 'ਤੇ ਸ਼੍ਰੀ ਗੁਰੂ ਰਵਿਦਾਸ ਮੰਦਰ ਦੇ ਕੋਲ ਮਾੜਾ ਨਾਮ ਦਾ ਵਿਅਕਤੀ ਆ, ਉਹਦੇ ਇੱਕ ਕਿਰਾਏ 'ਤੇ ਵੀ ਰਹਿੰਦੇ ਆ ਜਤਿੰਦਰ ਨਾਮ ਦਾ ਬੰਦਾ ਆ, ਅਤੇ ਉਹਨਾਂ ਦੇ ਮਤਲਬ 3 ਕੁ ਤੋਲੇ ਸੋਨਾ ਉਹਨਾਂ ਦੇ ਦੱਸਣ ਮੁਤਾਬਕ ਚੋਰ ਲੈ ਗਿਆ ਆ, ਤੇ ਬਾਕੀ ਸਮਾਨ ਭੰਨ ਤੋੜ ਦਰਵਾਜ਼ਿਆਂ ਨਹੀਂ ਕਰ ਗਏ, ਕਬਜ਼ੇ ਤੋੜ ਕੇ, ਤੇ ਇਹ ਆਪਣੇ ਕੰਮ ਤੇ ਗਏ ਸੀਗੇ। ਇਹਨੀ ਤੇ ਸ਼ਾਮੀ ਆ ਕੇ ਦੇਖਿਆ ਤੇ ਸਾਡੇ ਘਰ ਦੀ ਚੋਰੀ ਹੋਈ ਆ, ਇੱਥੇ ਘਰ ਦੇ ਕੋਈ ਮੌਜੂਦ ਨਹੀਂ ਸੀਗਾ। ਮੇਰੀ ਪ੍ਰਸ਼ਾਸਨ ਨੂੰ ਵਾਰ ਵਾਰ ਇਹੀ ਬੇਨਤੀ ਆ ਵੀ ਜੇ ਅਸੀਂ ਨਗਰ ਕੌਂਸਲ ਵੱਲੋਂ 25 ਲੱਖ ਦੇ ਕੈਮਰੇ ਲਵਾਏ ਆ, ਸਾਨੂੰ ਉਹਨਾਂ ਲੋਕਾਂ ਨੂੰ 25 ਲੱਖ ਕੈਮਰੇ ਲਾਉਣ ਦਾ ਫਾਇਦਾ ਤਾਂ ਕੋਈ ਮਿਲ ਨਹੀਂ ਰਿਹਾ ਹੈਗਾ ਕੋਈ ਵੀ। ਕੈਮਰਿਆਂ ਦੀ ਸਾਨੂੰ ਨਿਗਰਾਨੀ ਕਰਨੀ ਚਾਹੀਦੀ ਆ, ਕਿੱਥੇ ਕੀ ਹੋ ਰਿਹਾ, ਕਿੱਥੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈਗੀ ਆ। ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ, ਇਹਨਾਂ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ, ਲੋਕ ਬੜੇ ਪਰੇਸ਼ਾਨ ਨੇ ਇਹਨਾਂ ਦੇ ਚੋਰਾਂ ਦੇ ਕੋਲੋਂ, ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਔਰ ਲੋਕਾਂ ਨੂੰ ਜੇ ਚੋਰ ਲੱਭ ਰਿਹਾ ਤੇ ਇਹਨਾਂ ਨੂੰ ਜਿਹੜਾ ਸਮਾਨ ਹੈ ਵਾਪਸ ਦਵਾਇਆ। ਇਹਦੇ ਬਾਰੇ ਇਤਲਾਹ ਦਿੱਤੀ ਥਾਣੇ? ਮੇਰੀ DSP ਸਾਹਿਬ ਨਾਲ ਗੱਲ ਹੋਈ ਆ, ਮੈਨੂੰ ਉਹਨਾਂ ਨੇ ਭਰੋਸਾ ਦਿੱਤਾ ਵੀ 4:30 ਵਜੇ ਅਸੀਂ ਫਲੋਰ ਤੁਹਾਡੇ ਕੋਲ ਨੂਰ ਮਹਿਲ ਰੋਡ 'ਤੇ ਮੈਂ ਆਊਂਗਾ। ਮੈਨੂੰ ਇੱਕ ਵਾਰੀ ਟਾਈ ਅਪ ਕਰ ਲਿਓ, SHO ਸਾਹਿਬ ਬਿਜੀ ਸੀ, ਉਹਨਾਂ ਨਾਲ ਉਹਨਾਂ ਦੇ ਗਨਮੈਨ ਨਾਲ ਗੱਲ ਹੋਈ ਆ ਤੇ ਉਹਨੇ 4:30 ਵਜੇ ਦਾ ਟਾਈਮ ਦਿੱਤਾ, ਦੇਖੋ ਕੀ ਕਰਦੇ ਹੋ।